ਉਹ ਕਰਨੀ ਸਾਹਿਬ ਜੀ ਦੀ ਬਾਣੀ ਗਾ ਕੇ ਸੁਣਾਉਂਦੇ ਕੌਣ ਹੋ ਕਬੀਰ ਸਾਹਿਬ ਜੀ ਕਹਿੰਦੇ ਨੇ ਦਿਨ ਦੇ ਵੇਲੇ ਅਸੀਂ ਖਾਂਦੇ
ਸਾਡੇ ਦਿਨ ਦੇ ਰਹੇ ਨੇ, ਕਿੰਨੀ ਵਾਰੀ ਚਾਹ ਪੀ ਲਏ ਨੇ, ਕਿੰਨੀ ਵਾਰੀ ਕੁਛ ਨਾ ਕੁਛ ਮੂੰਹ ਚ ਪਾਈ ਰੱਖਦੇ ਨੇ, ਰਾਤ ਅਸੀਂ ਸੋ ਕੇ ਖਤਮ ਕਰ ਦਿੰਦੇ ਹਾਂ। ਔਰ ਇਹ ਲਾਈਫ ਜਿਹੜੀ ਹੈ ਇਹਦੇ ਸਵਾਸ ਨਹੀਂ ਰਹੇ ਨੇ। ਜਿੰਨੇ ਅਸੀਂ ਲਾ ਕੇ ਆਏ ਹਾਂ ਤੁਸੀਂ ਦੇਖੋ ਸਾਰੇ, ਕੋਈ ਇੱਕੋ ਉਮਰ ਚ ਮਰਦੇ ਨੇ, ਕੋਈ ਬੱਚਾ ਹੀ ਚਲਾ ਜਾਂਦਾ, ਕੋਈ ਬੁੜਾ ਜਾਂਦਾ ਹੈ, ਕੋਈ ਜਵਾਨ ਚਲਾ ਜਾਂਦਾ ਹੈ। ਕਹਿੰਦੇ ਕਿਉਂ ਇਹ ਕਿਉਂ ਕਰਦਾ ਪਿਆ ਹੈ ਮਨੁੱਖ? ਦੇਹੀ ਤੈਨੂੰ ਇਤਨੀਆਂ ਮਦਦ ਨਹੀਂ ਹੈ ਜਿਹੜੀ ਵੀ ਤੂੰ ਸਾ ਕੇ ਜਾਂ ਖਾ ਕੇ ਖਤਮ ਕਰਦਾ ਪਿਆ। ਫਿਰ ਉਹ ਕਹਿੰਦੇ ਨੇ ਤੂੰ ਕਿਉਂ ਸਿਮਰਨ ਕਰਦਾ ਹੈ, ਬਦਲ ਕਰਦਾ ਹੈ, ਆਪਣੇ ਵੱਲੋਂ ਪਿਆ ਸੋਚਦਾ ਹੈ ਕਿ ਮੈਂ ਪਰਮਾਰਥ ਪਿਆ ਕਰਦਾ ਹਾਂ, ਮਾਲਾ ਫੇਰਦਾ ਪਿਆ। ਉਹ ਕਹਿੰਦਾ ਉਹਨੇ ਤਾਂ ਹਜ਼ਾਰਾਂ ਬਰਸੀ ਤੂੰ ਮਾਲਾ ਫੇਰਦਾ ਰਹੇਗਾ ਤਾਂ ਕੁਛ ਨਹੀਂ ਬਣੇਗਾ ਤੇਰਾ। ਅਗਰ ਤੂੰ ਮਨ ਦਾ ਮਨਿਕਾ ਫੇਰੇਗਾ, ਯਾਨੀ ਮਨ ਵਿੱਚ ਉਸਨੂੰ ਆਪਣੇ ਸਦਗੁਰ ਨੂੰ ਵਿਸਾ ਕੇ ਉਸਦੀ ਯਾਦ ਪਿਆਰ ਦੇ ਵਿੱਚ ਆ ਕੇ ਉਸਨੂੰ ਯਾਦ ਕਰੇਗਾ, ਉਹ ਤੇਰੀ ਇਬਾਦਤ ਕਬੂਲ ਹੋਏਗੀ। ਔਰ ਉਸਦਾ ਤਰੀਕਾ ਦੇਖੋ ਨੇ ਕਿਉਂ ਵੀ ਪਈ, ਆਪਣੇ ਬਾਹਰ ਦੇ ਤੱਕ ਬੰਦ ਕਰ ਲਿਆ, ਅੱਖਾਂ ਕੰਨ ਮੂੰਹ ਬੰਦ ਕਰ ਲਿਆ, ਔਰ ਅੰਦਰ ਇੱਕ ਕਹਤੇ ਹੈ ਅੰਦਰ ਆਵਾਜ਼ ਹੋ ਰਹੀ ਹੈ, ਅੰਦਰ ਨਾਮ ਪੇਂਡੂ ਸ਼ਕਲ ਦੇ ਵਿੱਚ ਚੱਲਦਾ ਪਿਆ, ਉਸਨੂੰ ਸੁਣ ਕੇ ਉਹ ਤੇਰਾ ਪਰਮਾਰਥ ਸਹੀ ਹੈ, ਸਹੀ ਰਸਤੇ ਚਾਹੇ 10 ਮਿੰਟ ਕਰ, 15 ਮਿੰਟ ਕਰ, ਜਿਤਨਾ ਦੋ ਦਿਨ ਕਰਦਾ ਕਰ, ਲੇਕਿਨ ਜੇ ਉਹਦੇ ਰਾਮ 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 ਹਰੇ 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 ਕਹੇ ਉਹਦਾ ਤਾਂ ਕੁਛ ਨਹੀਂ ਬਣਨਾ। ਉਹ ਤੇ ਦਿਮਾਗ ਦਾ ਇੱਕ ਭਰਮ ਹੈ ਮਨ ਦਾ ਕਿ ਮੈਂ ਪਰਮਾਤਮਾ ਪਿਆ ਕਰਦਾ, ਮੈਂ ਆਪਣੇ ਗੁਰੂ ਨੂੰ ਯਾਦ ਕਰਦਾ ਪਿਆ। ਫਿਰ ਉਹ ਕਹਿੰਦੇ ਨੇ ਅੱਗੇ ਕਿ ਦੁੱਖ ਚ ਤੁਸੀਂ ਉਹਨੂੰ ਯਾਦ ਕਰਦੇ, ਹਾਏ ਰੱਬਾ ਹਾਏ ਹੋ ਸਤਿਗੁਰੂ ਆਏ ਮੈਨੂੰ ਬਚਾਉਣੇ, ਔਰ ਜਿਸ ਨੂੰ ਤੁਹਾਨੂੰ ਸੁੱਖ ਮਿਲਦਾ ਉਸ ਵੇਲੇ ਤੁਸੀਂ ਭੁੱਲ ਜਾਂਦੇ ਆਪਣੇ ਸਤਿਗੁਰ ਨੂੰ। ਹੁਣ ਇੱਕ ਪੜੋਸੀ ਹੈ ਤੁਹਾਡੇ ਨਾਲ ਦੇ ਘਰ ਦਾ, ਤੁਸੀਂ ਉਹ ਨਾਲ ਕਦੀ ਵੀ ਨਹੀਂ ਬੋਲਦੇ, ਨਾ ਤੁਹਾਡਾ ਬੋਲਣਾ ਹੈ, ਨਾ ਖਾਣਾ ਪੀਣਾ ਹੈ, ਨਾ ਕੁਛ ਹੈ, ਨਾ ਹੱਸ ਕੇ ਮਿਲਦੇ ਇੱਕ ਦੂਜੇ ਨੂੰ, ਲੇਕਿਨ ਜਦ ਤੁਹਾਨੂੰ ਮੁਸੀਬਤ ਬਲਦੇ ਨਾਲ ਬਹੁਤ ਖੜਕਾਏਗੇ ਤਾਂ ਕਿਆ ਖੋਲੇਗਾ ਵੀ ਹੈ ਤੁਹਾਡਾ, ਕਿਆ ਤੁਹਾਡੀ ਮਦਦ ਕਰੇਗਾ? ਇਸ ਤਰ੍ਹਾਂ ਦਾ ਮਾਲਕ ਸੱਚਾ ਹੈ, ਸੁੱਖ ਦੇ ਵਿੱਚ ਵੀ ਖੁਸ਼ੀ ਚ ਵੀ ਉਸਨੂੰ ਯਾਦ ਕਰੋ ਆਪਣੇ ਸਤਿਗੁਰ ਨੂੰ, ਉਹਨੂੰ ਮਿਲੋ, ਆਓ ਜਾਓ, ਸੰਤਨ ਸਿੰਘ ਮੇਰੀ ਮੇਰਾ ਦੇਵੀ ਸੰਤਨ ਸਿੰਘ ਵਾਰ, ਸੰਤਾਂ ਦੇ ਨਾਲ ਤੁਸੀਂ ਆਪਣਾ ਪ੍ਰੇਮ ਬਣਾਓ, ਉਹਨਾਂ ਦੇ ਨਾਲ ਆਪਣਾ ਮੇਰਾ ਦੇਣਾ ਕਰੋ, ਉਹ ਤੁਹਾਡੇ ਕੰਮ ਆਉਣਗੇ, ਬਗਾਤ ਕਿਨ ਕੰਮ ਆਉਣਗੇ, ਉਪਰਤ ਕਿਨ ਕੰਮ ਆਉਣਗੇ। ਸੰਸਾਰ ਕਿੱਥੇ ਕੰਮ ਆਉਂਦਾ ਕਿਸੇ ਦੇ? ਕੋਈ ਨਹੀਂ ਆਉਂਦਾ, ਧਰਮ ਹੈ, ਇਹ ਇੱਕ ਧਰਮ ਹੈ ਕਿ ਇਹ ਮੇਰਾ ਹੈ, ਉਹ ਮੇਰਾ ਹੈ, ਕੋਈ ਕਿਸੇ ਦਾ ਨਹੀਂ ਹੈ, ਸਭ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਹੈ, ਆਪਣੇ ਕਰਮਾਂ ਦਾ ਹਿਸਾਬ ਕਿਤਾਬ ਅਸੀਂ ਭੋਗਦੇ ਹਾਂ। ਜੋ ਕਿਸੇ ਨੂੰ ਦਿੱਤਾ ਹੋਇਆ ਤੇ ਸੁੱਖ ਦਿੰਦਾ ਹੈ, ਜੋ ਕਿਸੇ ਕੋਲੋਂ ਤੁਸੀਂ ਲਿੱਤਾ ਹੋਇਆ ਤੇ ਤੁਹਾਨੂੰ ਦੁਖੀ ਕਰਕੇ ਲੈ ਲਏਗਾ, ਦੇਣ ਦੀ ਵੀ ਲਏਗਾ, ਬਿਮਾਰ ਬਣ ਕੇ ਲੈ ਲਏਗਾ, ਕੁਛ ਬਣ ਕੇ ਲੈ ਲਏਗਾ। ਕਈ ਲੋਕ ਨੇ ਉਸ ਮਾਰਗ ਦੇ ਕੋਈ ਕਰਮਾਂ ਦਾ ਹਿਸਾਬ ਕਿਤਾਬ ਬਰਾਬਰ ਕਰਨ ਦੇ ਵਾਸਤੇ ਕਈ ਸ਼ਕਾਂ ਇਸ ਕਰਕੇ ਕਹਿੰਦੇ ਨੇ, ਅਗਰ ਤੂੰ ਉਹਨੂੰ ਸੁੱਖ ਨੂੰ ਯਾਦ ਕਰੇ ਤੇ ਤੈਨੂੰ ਦੁੱਖ ਕਦੀ ਆਵੇ ਹੀ ਨਾ, ਕਿਉਂਕਿ ਤੇਰੇ ਅੰਦਰ ਗਿਆਨ ਆ ਜਾਏਗਾ, ਤੇਰੇ ਅੰਦਰ ਉਸ ਮਾਲਕ ਦੀ ਪ੍ਰੀਤੀ ਜਾਗ ਜਾਏਗੀ, ਔਰ ਤੇਰੀ ਉਹਦੇ ਨਾਲ ਬਣੇਗੀ। ਕਦੇ ਫਲਾਣੇ ਆਦਮੀ ਉਹਦੀ ਫਲਾਣੇ ਬੰਦੇ ਨਾਲ ਬਣੀ ਬਣਦੀ ਹੈ, ਉਹਦੇ ਨਾਲ ਉਹਨਾਂ ਦਾ ਆਪ ਅਸੀਂ ਬੜਾ ਲੈਣਾ ਦੇਣਾ, ਉਹੀ ਰਿਲੇਸ਼ਨ ਅਸੀਂ ਅਗਰ ਉਸ ਸਤਿਗੁਰ ਦੇ ਨਾਲ ਪਾਈਏ ਤੇ ਕੀ ਬਾਕੀ ਉਸਦਾ ਉਹ ਹਮੇਸ਼ਾ ਦਿੰਦਾ ਹੀ ਦਿੰਦਾ, ਲੈਂਦਾ ਨਹੀਂ ਹੈ, ਉਹ ਕਿਸੇ ਵੀ ਰੂਪ ਵਿੱਚ ਜੀਵ ਨੂੰ ਦਿੰਦਾ ਹੀ ਦਿੰਦਾ ਹੈ, ਲੈਂਦਾ ਨਹੀਂ ਹੈ।
ਜੀਵਨ ਤੋਂ ਸੇਵਾ ਕਰਵਾਉਂਦਾ ਤਾਂ ਕਿ ਜੀਵਨ ਦੇ ਅੰਦਰ ਜਿਹੜੀ ਮੈਂ ਹੋਣਾ ਮੇਰਾ ਹੈ ਉਹ ਨਿਕਲ ਜਾਏ। ਤਨ ਦੀ ਸੇਵਾ ਦੇ ਨਾਲ ਹੰਕਾਰ ਦੂਰ ਹੋ ਜਾਏ, ਕਮਲ ਦੂਰ ਹੋ ਜਾਏ, ਮਾਲ ਸਮਾਨ ਦਾ ਜੋ ਚੱਕਰ ਉਹ ਖਤਮ ਹੋ ਜਾਏ। ਸੇਵਾ ਕਬੀਰ ਸਾਹਿਬ ਜੀ ਦੇ ਨਾਲ ਸੀ, ਚੱਲ ਹੁਣ ਸ਼ੁਰੂ ਹੈ। ਤੁਲਸੀ ਸਾਹਿਬ ਮਹਾਰਾਜ ਨੂੰ ਬਦਲ ਪਾ ਲਾ ਪੈਣ ਸਾਨੂੰ ਯਾਰ ਦੇ ਦਾ ਮੇ